ਸੋ ਗਾਇਸ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਦੇਣ ਆਇਆ। ਲਾਨਤ ਹੈ ਤੇਰੇ ਤੇ ਯਾਰ, ਜਿੱਦਾਂ ਕਿ ਮੇਰੇ ਲੱਡੂ ਜੀ ਚੋਕਲੇਟ ਖਾਣਾ ਬਹੁਤ ਪਸੰਦ ਕਰਦੇ ਆ। ਮੈਂ ਦੇਖਣਾ ਚਾਹਾਂਗਾ ਕਿ ਮੇਰੇ ਘਰ ਆਉਣ ਤੱਕ ਮੇਰੇ ਘਰੇ ਚੋਰੀ ਹੁੰਦੀ ਹੈ ਨਹੀਂ। ਆਪਣੇ ਲਈ ਵੀ ਕੁਛ ਲਿਆ ਯਾਰ, ਮੱਝਾ ਆਊਗਾ ਕੁਛ ਤੇ ਖਾਵਾਂਗੇ, ਭੁੱਖ ਲੱਗੀ ਬਹੁਤ ਜ਼ਿਆਦਾ। ਵਲੌਗੀ ਨਾ ਕਰੋ। ਕੋਈ ਹੈਗਾ? ਹੈਗਾ ਕੋਈ? ਅੰਸ਼ੂ ਹੈ ਅੰਦਰ। ਤੇ ਹੁਣ ਮੈਂ ਆਪਣੇ ਆਪ ਨੂੰ ਵੀ ਭੁੱਖ ਲਾ ਰਿਹਾ। ਓਦਾਂ ਚੋਟ ਲਿਆ ਯਾਰ, ਮੈਂ ਨੀ ਪੀਂਦਾ। ਰਾਮੇ ਵਾਸ ਕੇ ਮੈਨੂੰ ਬੋਤਲ ਲਿਆ ਕੇ ਦੋ। ਮੈਂ ਤੇਰੇ ਨਾਲ ਗੱਲ ਕਰਨੀ ਸੀ ਬ੍ਰੋ। ਮੈਂ ਇਹ ਦੇਖਣਾ ਤੂੰ ਸ਼ਾਮੀ ਗਰਾਊਂਡ 'ਚ ਕੀ ਕਰਦਾ ਵਾ। ਕੱਲ ਮੈਂ ਬਿਲਕੁਲ ਸ਼ੂਟ ਨੀ ਕੀਤਾ, ਬਿਕੋਜ਼ ਕੱਲ ਨਾ ਆਪਾਂ ਥੱਕੇ ਦੇ ਹੀ ਖੇਲਣ ਵਗੈਰਾ ਗਏ ਦੇ ਹੀ, ਤੇ ਇੱਕ ਆਪਾਂ ਪੂਰਾ ਸੁੱਤੇ ਵੀ ਨਹੀਂ ਇਸ ਕਰਕੇ, ਸੋਰੀ ਯਾਰ। ਤੇ ਅੱਜ ਦਾ ਵਲੌਗ ਛੋਟਾ ਜਿਹਾ ਹੋਏ, ਵੱਡਾ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ, ਤੁਸੀਂ ਕਰਨਾ ਲਾਈਕ, ਕਮੈਂਟ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ। ਤੁਹਾਡਾ ਕੰਮ ਹੈ ਕਿ ਬਸ ਮੈਨੂੰ ਪਿਆਰ ਦਿਖਾਉਣਾ। ਮੈਂ ਭਾਵੇਂ 10 ਮਿੰਟ ਦਾ ਪਾਵਾਂ, ਭਾਵੇਂ 7 ਮਿੰਟ ਦਾ ਪਾਵਾਂ, ਭਾਵੇਂ 1 ਮਿੰਟ ਦਾ ਪਾਵਾਂ, ਤੁਸੀਂ ਬਸ ਪਿਆਰ ਕਰਨਾ। ਸੋ ਉਹਦੇ ਲਈ ਮੈਂ ਮਾਫੀ ਚਾਹੁੰਦਾ, ਬਸ ਅੱਧਾ ਦਿਨ ਥੋੜਾ ਐਡਜਸਟ ਕਰ ਲਓ ਤੇ ਉਸ ਤੋਂ ਬਾਅਦ ਹੁੰਦੇ ਆਪਾਂ ਫਿਰ ਤੋਂ ਰੈਗੂਲਰ। ਚਲੋ, ਸੋ ਮੈਂ ਪਹਿਲਾਂ ਇੱਥੇ ਕਿਉਂ ਆਇਆ? ਸੋ ਪਹਿਲਾਂ ਮੈਂ ਆਇਆ ਲੱਡੂ ਜੀ ਨੂੰ ਉਠਾਉਣ। ਨਾ ਤੋਂ ਮੈਂ ਲਿਆ, ਤੁਸੀਂ ਦੇਖ ਸਕਦੇ ਵਾਲ ਇਕਦਮ ਗਿੱਲੇ ਗਿੱਲੇ ਸੋਹਣੇ ਸੋਹਣੇ ਹੋਏ ਵੇ ਆ। ਸੋ ਮੈਂ ਲੱਡੂ ਜੀ ਨੂੰ ਉਠਾ ਲਾ ਤੇ ਮੈਂ ਉਹਦੇ ਫੋਨ ਚਾ ਲਾ ਦਿੰਦਾ, ਫਿਰ ਬਾਅਦ ਚੱਲਦਾ ਵਲੌਗ ਸ਼ੂਟ ਕਰਦੇ ਆ, ਦੁੱਧ ਵੀ ਉਬਾਲ ਲੈ, ਬਹੁਤ ਕੰਮ ਹੈਗੇ ਆ। ਸੋ ਫਟਾਫਟ ਆਪਾਂ ਲੱਡੂ ਜੀ ਨੂੰ ਉਠਾ ਲਈਏ, ਫਿਰ ਤੁਹਾਨੂੰ ਮਿਲਦੇ ਆ। ਸੋ ਗਾਇਜ਼ ਮੈਂ ਲੱਡੂ ਜੀ ਨੂੰ ਉਠਾਤਾ ਤੇ ਮੈਂ ਹੁਣ ਚੱਲਣ ਨਾਲ ਕੁਝ ਭੋਗ ਲਿਆ ਨਾ, ਜਿੱਦਾਂ ਕਿ ਮੇਰੇ ਲੱਡੂ ਜੀ ਚੋਕਲੇਟ ਖਾਣਾ ਬਹੁਤ ਪਸੰਦ ਕਰਦੇ ਆ। ਸੋ ਘਰ ਨੂੰ ਮੈਂ ਛੱਡ ਕੇ ਚੱਲਣਾ ਖੁੱਲ੍ਹਾ ਹੀ। ਮੈਂ ਦੇਖਣਾ ਚਾਹਾਂਗਾ ਕਿ ਮੇਰੇ ਘਰ ਆਉਣ ਤੱਕ ਮੇਰੇ ਘਰੇ ਚੋਰੀ ਹੁੰਦੀ ਹੈ ਨਹੀਂ, ਮਤਲਬ ਚੋਰ ਮੇਰੇ ਘਰ ਤੇ ਡਾਕਾ ਡਾਲਦੇ ਆ ਜਾਂ ਨਹੀਂ ਡਾਲਦੇ। ਸੋ ਐਕਟਿਵਨ ਕਰੋ ਹੁਣ ਮੈਂ ਫਟਾਫਟ ਸਟਾਰਟ। ਸੋ ਚਲੋ ਚਲੀਏ ਲੱਡੂ ਜੀ ਕੁਛ ਲੈ ਕੇ ਆਈਏ। ਸੋ ਗਾਇਜ਼ ਮੈਂ ਲੱਡੂ ਜੀ ਦਾ ਭੋਗ ਲੈ ਲਿਆ ਤੇ ਮੈਂ ਆਪਣੇ ਲਈ ਵੀ ਕੁਛ ਲਿਆ ਯਾਰ, ਮੱਝਾ ਆਊਗਾ ਕੁਛ ਤੇ ਖਾਵਾਂਗੇ, ਭੁੱਖ ਲੱਗੀ ਬਹੁਤ ਜ਼ਿਆਦਾ। ਸੋ ਗਾਇਜ਼ ਮੈਂ ਨਾ ਇੱਕ ਕਮੈਂਟ ਪੜਿਆ ਸੀ, ਕਿ ਕਮੈਂਟ ਆਇਆ ਸੀ ਕਿ ਉਹਨਾਂ ਲਿਖਿਆ ਕਿ ਵਲੌਗਿੰਗ ਨਾ ਕਰਿਆ ਕਰੋ ਐਕਟਰ ਚਲਾਉਂਦੇ ਟਾਈਮ ਨਾ, ਕਿ ਥੋੜ੍ਹਾ ਸੇਫਲੀ ਆਪਣਾ ਧਿਆਨ ਰੱਖਿਆ ਕਰੋ ਨਾ। ਸੋ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸੋਹਣਾ, ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਅੰਸ਼ੂ ਆਪਣਾ ਧਿਆਨ ਰੱਖੋ ਅਤੇ ਵਲੌਗਿੰਗ ਨਾ ਕਰੋ ਐਕਟਰ ਚਲਾਉਂਦੇ ਟਾਈਮ। ਸੋ ਇਹ ਗੱਲ ਸਾਰਿਆਂ ਨੂੰ ਕਹਿਣੀ ਹੈ ਕਿ ਐਕਟਰ ਚਲਾਉਂਦੇ ਟਾਈਮ ਵਲੌਗਿੰਗ ਨਾ ਕਰੋ। ਜਿਹੜੇ ਵੀ ਲੋਕ ਵਲੌਗਿੰਗ ਕਰਦੇ ਆ ਜਾਂ ਜਿਹੜੇ ਲੋਕ ਸਾਨੂੰ ਦੇਖ ਕੇ ਸ਼ੁਰੂ ਕਰਦੇ ਪਏ ਆ, ਵਲੌਗਿੰਗ ਨਾ ਕਰੋ, ਵਲੌਗਿੰਗ ਨਾ, ਮਤਲਬ ਵਲੌਗਿੰਗ ਕਰੋ ਪਰ ਐਕਟਰ ਚਲਾਉਂਦੇ ਟਾਈਮ ਵਲੌਗਿੰਗ ਨਾ ਕਰੋ। ਪਰ ਕੀ ਕਰਾਂ, ਅਗਰ ਮੈਂ ਐਕਟਰ ਚਲਾਉਂਦੇ ਟਾਈਮ ਵਲੌਗਿੰਗ ਨਹੀਂ ਕਰਾਂਗਾ ਤਾਂ ਅੱਗੇ ਵਲੌਗ ਸ਼ੂਟ ਕਿੱਦਾਂ ਹੋਊਗਾ? ਸੋ ਲੋਕ ਮੈਂ ਲਾ ਕੇ ਨਹੀਂ ਗਿਆ, ਦਰਵਾਜ਼ਾ ਮੈਂ ਖੋਲ ਲਿਆ। ਸੋ ਅੰਦਰ ਜਾ ਕੇ ਦੇਖੀਏ ਕਿ ਮੇਰੇ ਘਰ ਚੋਰੀ ਹੋਈ ਹੈ ਕਿ ਨਹੀਂ ਹੋਈ। ਕੋਈ ਹੈਗਾ? ਹੈਗਾ ਕੋਈ? ਕੌਣ ਅੰਦਰ? ਕੌਣ ਅੰਦਰ? ਅੰਸ਼ੂ ਹੈ ਅੰਦਰ। ਸੋ ਗਾਇਜ਼ ਮੈਂ ਬਸ ਇੰਨਾ ਕਹਾਂਗਾ ਕਿ ਐਕਟਰ ਬਾਈਕ ਚਲਾਉਂਦੇ ਟਾਈਮ ਆਪਣਾ ਧਿਆਨ ਰੱਖਿਆ ਕਰੋ, ਵਲੌਗਿੰਗ ਨਾ ਕਰਿਆ ਕਰੋ। ਮੈਂ ਤਾਂ ਪਾਗਲ ਹਾਂ ਕਿਉਂਕਿ ਮੈਂ ਲੋੜ ਹੈ, ਮੈਂ ਕੁਛ ਵੀ ਕਰ ਸਕਦਾ। ਸੋ ਤੁਸੀਂ ਨਾ ਕਰੀਓ, ਬੀ ਸੇਫ, ਬੀ ਬੀ ਬੀ, ਆਈ ਲਵ ਯੂ। ਤੇ ਹੁਣ ਮੈਂ ਲੱਡੂ ਜੀ ਨੂੰ ਭੋਗ ਲਾਉਣਾ ਤੇ ਫਿਰ ਤੁਹਾਨੂੰ ਮਿਲਦਾ। ਸੋ ਗਾਇਜ਼ ਮੈਂ ਲੱਡੂ ਜੀ ਨੂੰ ਭੋਗ ਲਾਤਾ ਤੇ ਹੁਣ ਮੈਂ ਆਪਣੇ ਆਪ ਨੂੰ ਵੀ ਭੋਗ ਲਾ ਰਿਹਾ ਮੇਰਾ ਨਾ। ਸੋ ਗਾਇਜ਼ ਮੈਂ ਪਹਿਲਾਂ ਕੀ ਸੋਚਦਾ ਹਾਂ ਕਿ ਮੈਂ ਹੁਣ ਨਾ ਸ਼ੋਰਟਸ ਵੀ ਪਾਉਣੇ ਸ਼ੁਰੂ ਕਰਾਂ। ਸੋ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸ਼ੋਰਟਸ ਵੀਡੀਓ ਚਾਹੀਦੀ ਆ ਅਲੱਗ ਅਲੱਗ ਪ੍ਰਕਾਰ ਦੀਆਂ, ਤੁਹਾਨੂੰ ਫਿਰ ਮੈਂ ਸਿੱਖਾਂ ਕਿ ਉਹਨੂੰ ਕਿੰਨਾ ਲਾਈਕ ਪ੍ਰੋਪਰਲੀ ਐਡਿਟ ਕਿੱਦਾਂ ਕਰੀਏ ਕਿ ਜਿੰਨਾ ਤੁਹਾਨੂੰ ਮਜ਼ਾ ਆਵੇ ਦੇਖਣ ਦਾ। ਸੋ ਚੀਜ਼ ਵੀ ਮੈਂ ਸਿੱਖਾਂ, ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਂ ਸ਼ੋਰਟ ਪਾਵਾਂ ਜਾਂ ਨਾ ਪਾਵਾਂ। ਤੇ ਹੁਣ ਜਿੰਨਾ ਬਣਾਇਆ ਮੈਂ ਵਲੌਗ ਐਡਿਟ ਕਰ ਲਾਂ ਤੇ ਫਿਰ ਜਿੱਦਾਂ ਕੀ ਕਰਨਾ। ਤੇ ਵਲੌਗ ਜਿੱਦਾਂ ਦਾ ਵੀ ਹੀ ਲਾਈਕ ਔਰ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਕੱਲ੍ਹ ਨੂੰ ਮੈਂ ਬਹੁਤ ਵਧੀਆ ਵਲੌਗ ਬਣਾ ਕੇ ਲਿਆਵਾਂਗਾ। ਸੋ ਗਾਇਜ਼ ਛੋਟੇ ਘਰ ਤੋਂ ਮੈਂ ਇੱਕਦਮ ਫ੍ਰੀ ਹੋ ਚੁੱਕਿਆ, ਖਾ ਪੀ ਕੇ ਮੈਂ ਵੀ ਇੱਕਦਮ ਮਤਲਬ ਓਕੇ, ਪੂਰਾ ਟੈਡ ਹੋ ਗਿਆ ਮੈਂ। ਸੋ ਤੁਸੀਂ ਦੇਖ ਸਕਦੇ ਹੋ ਬਰਫ਼ ਪਾਣੀ ਬੋਤਲਾਂ ਮੈਂ ਲੈ ਕੇ ਜਾ ਰਿਹਾ ਵੱਡੇ ਘਰ, ਬਿਕੋਜ਼ ਭਈਆ ਨੂੰ ਲਾਈਕ ਸਾਡੇ ਫਿਲਟਰ ਦਾ ਪਾਣੀ ਸੂਟ ਨਹੀਂ ਕਰਦਾ।
ਫਿਲਟਰ ਦਾ ਪਾਣੀ ਕਿਉਂ ਨਹੀਂ ਸੂਟ ਕਰਦਾ? ਕਿਉਂਕਿ ਸਾਡੇ ਜਿਹੜਾ ਫਿਲਟਰ ਦਾ ਪਾਣੀ ਹੈ ਨਾ ਉਹ ਸਿੱਧਾ ਜ਼ਮੀਨ ਤੋਂ ਆਉਂਦਾ, ਬਾਹਰ ਜਿਹੜੀ ਮੋਟਰ ਲੱਗੀ ਨਾ ਜਿਹੜਾ ਸਬਮਰਸੀਬਲ ਲੱਗਿਆ ਦਾ ਹੈ ਨਾ ਉਹ ਜ਼ਮੀਨ ਅਟੈਚ ਹੈ, ਅਤੇ ਉਹ ਜ਼ਮੀਨ ਤੋਂ ਪਾਣੀ ਜਿੱਦਾਂ ਫਿਲਟਰ ਜਾਂਦਾ ਅਤੇ ਸਾਲ ਲਾਈਕ ਸਾਫ਼ ਹੋ ਗਏ ਅਤੇ ਫਿਰ ਪੀਂਦੇ ਆ, ਅਤੇ ਉਹ ਪਾਣੀ ਹੈਗਾ ਥੋੜ੍ਹਾ ਹੈਵੀ, ਠੀਕ ਹੈ ਬਈਆ ਨੂੰ ਥੋੜ੍ਹਾ ਪਾਣੀ ਪੀਂਦੇ ਲਾਈਟ, ਅਤੇ ਮਤਲਬ ਤੁਸੀਂ ਸਮਝਦੇ ਹੋ ਉੱਦਾਂ ਚੋਟ ਲਿਆ ਯਾਰ, ਮੈਂ ਨਹੀਂ ਪੀਂਦਾ ਡਰਾਮੇ ਬਸ ਕਿ ਮੈਨੂੰ ਬੋਤਲ ਲਿਆ ਕੇ ਦਿਓ ਪਾਣੀ ਦੀ, ਇੱਦਾਂ ਉੱਦਾਂ ਬਸ। ਸੋ ਕਿ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਗਰਮੀ ਕਿਹਨੂੰ ਕਿਹਨੂੰ ਨਹੀਂ ਪਸੰਦ ਯਾਰ। ਦੇਖੋ ਕਿ ਮੈਂ ਹੁਣ ਯਾਰ ਕਿੱਦਾਂ ਕਾਲਾ, ਮੈਨੂੰ ਕਿੱਦਾਂ ਟੈਨਿੰਗ ਨਹੀਂ ਹੋਏਗੀ, ਇੰਨੀ ਧੁੱਪ 'ਚ ਮੈਂ ਫਿਰਦਾ ਪਿਆ ਮੈਨੂੰ ਕਿੱਦਾਂ ਟੈਨਿੰਗ ਨਹੀਂ ਹੋਏਗੀ ਬੰਦਾ ਪੁੱਛੇ ਯਾਰ। ਧੁੱਪ ਦੇਖ ਸਕਦੇ ਹੋ ਲਾਈਕ ਨਾ ਕਰਦੇ ਵੀ ਨਾ ਟੈਂਪਰੇਚਰ ਹਲੇ 40 ਤੋਂ 42 ਡਿਗਰੀ ਹੈਗਾ ਯਾਰ, ਇੰਨੀ ਗਰਮੀ 'ਚ ਮੈਂ ਜਾ ਰਿਹਾ, ਮੈਨੂੰ ਮੂੰਹ 'ਤੇ ਧੁੱਪ ਪੈ ਰਹੀ, ਬਾਹਾਂ 'ਤੇ ਧੁੱਪ ਪੈ ਰਹੀ, ਅਤੇ ਮੈਂ ਕਾਲਾ ਨਹੀਂ ਹੋਣਾ ਅਤੇ ਹੋਰ ਮੈਂ ਕੀ ਹੋਣਾ, ਡਾਰਕ ਬਲਿਊ ਹੋਣਾ ਮੈਂ, ਹੱਥ ਦੋਗੀ ਤੁਹਾਡੇ ਵਾਲੀ। ਸੋ ਮੈਂ ਘਰੇ ਬੁੱਝ ਲੱਗਾ ਅਤੇ ਮੈਂ ਪਹਿਲਾਂ ਘਰੇ ਪੁੱਛ ਕੇ ਫਿਰ ਤੁਹਾਨੂੰ ਮਿਲਦਾ। ਸੋ ਗਾਇਸ ਮੈਂ ਫਾਈਨਲੀ ਘਰੇ ਆ ਚੁੱਕਿਆ, ਗਾਇਸ ਮੈਂ ਫਾਈਨਲੀ ਘਰੇ ਆ ਚੁੱਕਿਆ ਅਤੇ ਮੈਂ ਆਇਆ ਕਿਹਦੇ ਸਾਹਮਣੇ ਹੈ, ਏਸੀ ਦੇ ਸਾਹਮਣੇ ਯਾਰ, ਕਿਆ ਮਜ਼ਾ, ਠੰਡਾ 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 ਠੰਡਾ। ਸੋ ਮੈਂ ਆਪਣੇ ਬੋਡੀ ਨੂੰ ਠੰਡਾ ਕਰਨ ਲਈ ਖਾਵਾਂਗਾ ਆਈਸਕ੍ਰੀਮ। ਸੋ ਇੱਥੇ ਭਈਆ ਬੈਠੇ ਹੋਏ, ਭਈਆ ਕੀ ਹਾਲ ਚਾਲ ਹੈ? ਠੀਕ ਹੋ, ਗੁੱਡ ਮਾਰਨਿੰਗ ਆ, ਤੁਸੀਂ ਜਲਦੀ ਕਿੱਦਾਂ ਉੱਠ ਗਏ? ਕੋਈ ਨਾ, ਤੁਸੀਂ ਜਲਦੀ ਉੱਠ ਕੇ ਤਾਂ ਕੋਈ ਚੱਕਰ ਨਹੀਂ, ਉੱਠ ਕੇ ਤਾਂ ਉੱਠ ਗਏ ਹੈ ਨਾ। ਸੋ ਮੈਂ ਭਾਈ ਲਈ ਪਾਣੀ ਲਿਆਇਆ ਹੈ ਕਿਉਂਕਿ ਭਾਈ ਨੂੰ ਸੂਟਿੰਗ ਕਰਦਾ ਅਤੇ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਹੁਣ ਆਪਾਂ ਬੈਠੇ ਦੋਨੋਂ ਭਰਾ ਗੱਪਾਂ ਛੱਪਾਂ ਮਾਰਾਂਗੇ, ਤੁਹਾਨੂੰ ਮਿਲਦੇ ਆਪਾਂ ਥੋੜ੍ਹੀ ਦੇਰ। ਸੋ ਗਾਇਸ ਮੈਂ ਸੋਫੇ 'ਤੇ ਬੜੇ ਆਰਾਮ ਨਾਲ ਬਹਿ ਕੇ ਵਲੋਗ ਐਡਿਟ ਕਰਦਾ ਪਿਆ, ਅਤੇ ਵਲੋਗ ਐਡਿਟ ਕਰਦੇ ਕਰਦੇ ਮੈਨੂੰ ਭਈਆ ਕਹਿੰਦੇ ਕਿ ਅੰਸ਼ੂ ਕੈਮਰਾ ਔਨ ਕਰ, ਮੈਂ ਤੇਰੇ ਵਲੋਗ 'ਚ ਆਉਣਾ ਚਾਹੁੰਦਾ, ਮੈਂ ਤਰਸਦਾ ਪਿਆ, ਮੈਂ ਤੜਫਦਾ ਪਿਆ, ਮੈਂ ਸਭ ਕੁਛ ਕਰਾਂਗਾ ਤੇਰੇ ਵਲੋਗ ਲਈ ਯਾਰ। ਤੇਰੇ ਵਲੋਗ ਚੱਲਣੀ ਮੈਂ ਦੱਸਣਾ, ਦੱਸਦੇ ਪਿਓ ਤੁਸੀਂ, ਤੁਹਾਡੇ ਅੱਖਾਂ ਤੋਂ ਅੱਥਰੂ ਡਿੱਗਦੇ ਪਏ ਆ, ਖੁਸ਼ੀਆਂ ਦੇ ਅੱਥਰੂ ਹੈ ਨਾ। ਤੂੰ ਹੈਗਾ ਮੈਂਟਲ, ਮੈਂਟਲ ਰੋਕੀ ਮੈਂਟਲ, ਹਾਂ ਰੋਕੀ ਮੈਂਟਲ, ਪਰਮੇਸ਼ਵਰ ਮਾ ਦਾ ਚੇਲਾ ਤੂੰ। ਮੈਂ ਤੇਰੇ ਨਾਲ ਗੱਲ ਕਰਨੀ ਸੀ ਬਰੋ, ਮੈਂ ਤੈਨੂੰ ਤਾਂ ਕਿਹਾ ਕਿ ਆਪਣਾ ਕੈਮਰਾ ਓਨ ਕਰ। ਕੰਮ ਬੋਲੋ, ਕੰਮ ਤੇਰਾ ਇਹ ਹੈ, ਇਹ ਵਲੋਗ ਕਦੋਂ ਬਣਾ? ਇਹ ਵਲੋਗ ਹੋਣੇ ਥੋੜੇ ਦੇਰ ਚ, ਅਗਲਾ ਵਲੋਗ ਬਣਾਉਣਾ ਬਣਾਉਣਾ। ਓਕੇ, ਅਗਲੇ ਵਲੋਗ ਦੇ ਵਿੱਚ ਉਹ ਭਵਾਂ ਤੇਰੇ ਚੈਨਲ ਤੇ ਆਵੇ, ਭਵਾਂ ਮੇਰੇ ਚੈਨਲ ਤੇ ਆਵੇ, ਮੈਂ ਇਹ ਦੇਖਣਾ ਤੂੰ ਸ਼ਾਮੀ ਗਰਾਊਂਡ ਚ ਕੀ ਕਰਦਾ ਵਾ। ਅੱਛਾ, ਕੀ ਕਰਦਾ ਵਾ ਅੱਜ? ਅੱਛਾ, ਬੋਲਿੰਗ ਵੀ ਤੂੰ ਕਰੇਂਗਾ? ਦੋ ਵਾਰ ਕਰੇਂਗਾ? ਦੋ ਵਾਰ ਕਰ ਲਾਂਗਾ, ਦੋ ਜਾਂ ਤਿੰਨ ਵਾਰ, ਜਿੱਦਾਂ ਵੀ ਜਿੱਦਾਂ ਤੇਰਾ ਦਿਲ ਕਰੇ। ਚਾਰ ਕਰ ਲਾਂਗਾ ਮੈਂ, ਪੂਰੇ ਚਾਰ ਕਰ ਲਾਂਗਾ, ਕੰਟੀਨਿਊ ਓਵਰ ਨਹੀਂ ਹੁੰਦੇ ਵੱਡੇ ਮੂੰਹ ਵਾਲਿਆ। ਅੱਛਾ ਠੀਕ ਆ, ਅੱਗੇ ਬੈਟਿੰਗ ਵੀ ਤੂੰ ਕਰੇਗਾ, ਬੱਲੇਬਾਜ਼ੀ ਵੀ ਤੂੰ ਕਰੇਗਾ, ਨਾਲ ਤੇਰਾ ਬੈਸਟ ਫਰੈਂਡ ਕਰੇਗਾ ਬੱਬਲੂ। ਬੱਬਲੂ ਨੂੰ ਮਾਰ ਲੈਣੇ, ਤੁਹਾਡੇ ਨਾਲ ਤਕੜੇ ਮਾਰ ਲੂਗਾ। ਹਾਂ ਮਾਰਦਾ ਹੋ, ਬਹੁਤ ਤਕੜੇ ਮਾਰਦਾ ਹੋ, ਆਊਟ ਹੈ ਤਾਂ ਦੂਜੀ ਕੇ ਤੋਂ ਮਾਰੂਗਾ, ਉਹ ਅੱਜ ਮਾਰੂਗਾ। ਹਾਂ ਮੇਰੇ ਕਰਕੇ ਮਾਰੂਗਾ। ਇੱਕ ਗੱਲ ਹੋ, ਕੀ ਮੈਚ ਦੀ ਐਂਟਰੀ ਲੱਗੇ 100 ਰੁਪਿਆ, ਮੈਚ ਦੀ ਲੱਗੇ 10। ਅਬਾ ਖੇਲ ਲੈ, ਫ੍ਰੈਂਡਲੀ ਆ ਬਸ। ਕੀ ਬਸ? ਫਟ ਗਈ। ਕੀ ਫਟ ਗਈ ਭਰਾਵਾ? ਕੀ ਭਰਾਵਾ? ਤੇ ਕਹਿ ਰਹੀ ਐਂਟਰੀ ਹੋ ਗਈ ਮੇਰੀ 50 ਰੁਪਏ, ਤੇ ਜਦੋਂ ਆ ਗਿਆ ਭਈਆ ਕਰੀ ਗੂਗਲ ਪੇ। ਅੱਛਾ, ਅੱਜ ਗੂਗਲ ਪੇ ਚੱਲ ਪਿਆ ਤੇ ਅੱਜ ਆਕੜਾ ਆਂਡੀ ਆ, ਆਕੜਾ ਆਂਡੀ ਆ। ਕੋਈ ਨਾ ਬਾਊ ਜੀ, ਕੋਈ ਨਾ, ਮੈਂ ਬਸ ਇਹ ਦੇਖਣਾ ਚਾਹਨਾ ਕਿ ਕੁੱਤਾ ਜਿਹੜਾ ਭੌਂਕ ਰਿਹਾ ਕੱਲ ਦਾ, ਬਾਊ ਬਾਊ ਕਰਦਾ ਜਿੱਦਾਂ ਕਿ ਤੂੰ ਕੁੱਤਾ, ਪਤਾ ਨਹੀਂ ਕਿਹੜਾ ਕੁੱਤਾ, ਸੈਂਡ ਬਰਨਾਲਾ ਜਿਹਦਾ ਵੱਡਾ ਆ ਮੂੰਹ ਹੁੰਦਾ ਜਿਹੜਾ ਕਰਦਾ, ਤੂੰ ਉਹ ਆ, ਠੀਕ ਹੈ ਨਾ। ਮੈਂ ਬਸ ਇਹ ਦੇਖਣਾ ਚਾਹਨਾ ਕਿ ਤੂੰ ਕੀ ਕਰਦਾ ਵਾ ਅੱਜ, ਓਵਰ ਵੀ ਤੇਰੇ, ਬੈਟਿੰਗ ਵੀ ਤੂੰ ਕਰੇ, ਮੈਂ ਐਂਡ ਵਿੱਚ ਆ ਨਾ, ਸਭ ਤੋਂ ਐਂਡ ਕੀਪਰ ਤੋਂ ਵੀ ਐਂਡ ਜਾਵਾਂਗਾ। ਤੁਹਾਨੂੰ ਵਾਰੀ ਨਹੀਂ ਲੈਣੀ ਆਪਾਂ, ਤੁਸੀਂ ਖੜੇ ਜਾ ਕੇ ਦੇਖਣਾ ਬਸ, ਜਦੋਂ ਤੁਸੀਂ ਆਊਟ ਹੋਣਾ ਤਾਂ ਵਾਰੀ ਤਾਂ ਆਈ ਨਹੀਂ, ਆਪਾਂ ਦੇਣੀ ਨਹੀਂ ਵਾਰੀ, ਨਾਲ ਹੀ ਤਾਂ ਨਹੀਂ, ਖੜੇ ਰਹਿਣਾ ਤੁਸੀਂ ਬਸ, ਮੈਂ ਦੇਖਦਾ ਤੁਸੀਂ ਕੀ ਕਰ ਲੈਂਦੇ ਹੋ। ਸੋ ਗਾਇਸ ਮੇਰੀ ਤਾਂ ਭਈਆ ਦੇ ਕੋਲ ਬੈਸਟ ਲਈ, ਕਿਉਂਕਿ ਭਈਆ ਕੱਲ 6 ਗੇਂਦਾਂ 3 ਸਕੋਰ ਨਹੀਂ ਮਾਰ ਪਾਏ, ਉਦਾਂ ਪਲੇਅਰ ਬਣੇ ਦੇ ਕਿ ਅੰਕੂ ਪਤਾ ਨਹੀਂ ਕੀ ਕਰ ਸਕਦਾ ਆ, 6 ਗੇਂਦਾਂ 3 ਸਕੋਰ 6 ਗੇਂਦਾਂ 'ਚ ਯਾਰ, ਛੀ ਯਾਰ ਭਈਆ, ਲਾਣਾ ਤਾਂ ਤੁਹਾਡੇ ਤੇ, ਲਾਣਾ ਧੁਰ, ਲਾਣਾ ਤਾਂ ਤੁਹਾਡੇ ਤੇ ਧੁਰ, ਲਾਣਾ ਤਾਂ। ਸਾਰਿਆਂ ਨੂੰ ਇਹ ਵੀ ਦੱਸਣਾ, ਉਸ ਟਾਈਮ 7:18 ਹਨੇਰਾ ਪੈ ਗਿਆ, ਉਦਾਂ ਉਦਾਂ ਅੰਕੂ ਰਾਣੂ ਹਨੇਰੇ 'ਚ ਬੋਲਾਂ ਲੱਭਦੀਆਂ ਆ,
ਕੱਲ ਨੀ ਲੱਭੀ ਵਾਸ਼ ਰਾਮੇ ਬਾਜ ਅੱਜ ਪਤਾ ਕੀ ਹੋਣਾ ਅੱਜ ਸ਼ਾਮੀ ਲਾਈਕ ਮੈਨੂੰ ਬੈਟਿੰਗ ਮੈਂ ਤੇ ਵਿਸ਼ੂ ਬੈਟਿੰਗ ਕਰਾਂਗੇ ਮੈਂ ਤੇ ਵਿਸ਼ੂ ਬੋਲਿੰਗ ਕਰਾਂਗੇ ਤੇ ਆਪਾਂ ਜਿੱਤ ਕੇ ਦਿਖਾਵਾਂਗੇ ਸੋ ਹੁਣ ਮੈਂ 2 ਮਿੰਟ ਵਲੌਗ ਐਡਿਟ ਕਰ ਲਾਂ ਫਿਰ ਤੋਂ ਮਿਲਦਾ ਤੁਹਾਨੂੰ ਸੋ ਗਾਈਸ ਹੁਣ ਚੈਲੰਜ ਮਿਲ ਚੁੱਕੀ ਹੈ ਤੇ ਅੱਜ ਮੈਂ ਗਰਾਊਂਡ 'ਚ ਕੁਝ ਕਰਕੇ ਦਿਖਾਵਾਂਗਾ ਸੋ ਇਹ ਵਲੌਗ ਨੂੰ ਮਗਰ ਲੱਗਾ ਇੱਥੇ ਸਮਾਪਤ ਕਿਉਂਕਿ ਮੈਂ ਅਗਲੇ ਵਲੌਗ ਲਈ ਤਿਆਰੀ ਕਰਨੀ ਹੈ ਗਰਾਊਂਡ 'ਚ ਅੱਜ ਫਿਰ ਤੂਫਾਨ ਆਉਣਾ ਨਾ ਲੋਡ ਆਊਗਾ ਗਰਾਊਂਡ ਦੇ ਵਿੱਚ ਲਾਈਕ ਆਪਣਾ ਅਸਲੀ ਰੂਪ ਦੱਸੂਗਾ ਸੋ ਇਹ ਵਲੌਗ ਨੂੰ ਮਗਰ ਦਾ ਇੱਥੇ ਸਮਾਪਤ ਅਗਰ ਤੁਹਾਨੂੰ ਵਲੌਗ ਦੇ ਕੇ ਮਜ਼ਾ ਆਏ ਤੇ ਲਾਈਕ ਕਮੈਂਟ ਕਰਨਾ ਨਾ ਭੁੱਲੇ ਚੈਨਲ ਸਬਸਕ੍ਰਾਈਬ ਕਰ ਲਿਆ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਛੋਟਾ ਹੀ ਪਰ ਤੂਫਾਨ 'ਚ ਬਹੁਤ ਜ਼ਿਆਦਾ ਹੀ ਤੇ ਮਿਲਦੇ ਨਵੇਂ ਵਲੌਗ ਦੇ ਵਿੱਚ ਤਿਆਰ ਰਹੀਓ ਮੇਰੇ ਤੇ ਜਿਹੜਾ ਚੈਲੰਜ ਦਿੱਤਾ ਨਾ ਇਸ ਬੰਦੇ ਨੇ ਤੇ ਬੰਦੇ ਨੂੰ ਮੈਂ ਦੱਸਾਂਗਾ ਕਿ ਮੈਂ ਹੈਗਾ ਕੌਣ ਮਿਲਦੇ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ